ਜਰਦਾਰੀ ਆ ਜਿਹਨੇ ਪਾਕਿਸਤਾਨ ਦੀ ਨਾ ਚੰਗੀ ਤਰ੍ਹਾਂ ਗਾਂਢ ਪੜਵਾਈ ਆ। ਵੈਸੇ ਤਾਂ ਇੱਥੋਂ ਪਹਿਲਾਂ ਜਿਹੜੇ ਸੀਗੇ ਹੋਰ ਲੁੱਲੇ ਮੁੱਲੇ ਵੀ, ਉਹਨਾਂ ਨੇ ਵੀ ਪਾਕਿਸਤਾਨ ਦੀ ਚੰਗੀ ਮਾਂ ਚੋਦੀ ਸੀ। ਮੁਸ਼ਰਫ ਨੇ ਲਾਲ ਮਾਝੇ ਚ ਕਾਜੇ ਸ਼ੀਰ ਦੀ ਵੰਡ ਕਟਾਈ, ਫਿਰ ਭੈਣ ਚੋ ਪਨੀਰ ਭੁੱਟੋ ਨੇ ਇੰਡੀਆ ਨਾਲ ਸਮਝੌਤਾ ਕਰਕੇ ਕਾਰਗਿਲ ਚ ਜਿਹੜੇ ਆਪਣੇ ਮੁਜਾਹਿਦ ਸੀਗੇ ਉਹਨਾਂ ਦੀ ਗਾਂਢ ਚ ਡੰਡੇ ਪਵਾਏ, ਤੇ ਮੇਰੀ ਭੈਣ ਤੇ ਖੁਦੇ ਵੀ ਕਈ ਜਾਣੇ ਗਏ। ਮੈਂ ਆਪਣੀ ਭੈਣ ਦਾ ਫੁੱਦਾ ਸਲਾਮ ਲਈ ਹਰੇਕ ਜਗ੍ਹਾ ਦਿੱਤਾ। ਮੀਡੀਆ ਵਾਲੇ ਤਾਂ ਮੇਰੀ ਭੈਣ ਤੇ ਫੁੱਦੇ ਦੇ ਦੀਵਾਨੇ ਹੋ ਗਏ ਸੀ। ਉਹ ਤਾਂ ਮੇਰੀ ਭੈਣ ਤੇ ਫੁੱਦੇ ਦੇ ਸਿਰ ਤੇ ਕਸ਼ਮੀਰ ਸ਼ਹਿਰ ਦੇ ਹੀ ਦਿੰਦੇ, ਪਰ ਮੇਰੀ ਭੈਣ ਜਿਹੜੀ ਸੀਗੀ ਉਹ ਬਾਰਡਰਾਂ ਬੂਟਰਾਂ ਤੇ ਘੁੰਮਦੀ ਰਹਿੰਦੀ ਸੀ। ਇਸ ਕਰਕੇ ਇੱਕ ਵਾਰ ਜਦੋਂ ਉਹਨੇ ਯਹੂਦੀਆਂ ਦੇ ਲਾਉਣ ਲਾਏ ਤਾਂ ਐਡੀਅਨ ਨੂੰ ਦੇਖ ਲਿਆ। ਐਡੀਅਨ ਨੇ ਕੀ ਕੀਤਾ, ਮੇਰੀ ਭੈਣ ਦਾ ਫੁੱਦਾ ਵੱਢ ਕੇ ਨਾ ਪਹਿਲਾਂ ਕਸ਼ਮੀਰ ਦੇ ਬਾਰਡਰ ਤੇ ਟੰਗਤਾ। ਉਹਦੇ ਨਾਲ ਤੰਗ ਕਰਕੇ ਫਿਰ ਸਾਰਾ ਕੰਮ ਜਿਹਾ ਖਰਾਬ ਹੋ ਗਿਆ। ਮੁੜ ਕੇ ਤੈਨੂੰ ਪਤਾ ਫਿਰ ਮੈਂ ਆਪਣੀ ਭੈਣ ਦੇ ਫੁੱਦੇ ਨੂੰ ਚੱਕ ਕੇ ਕਦੇ ਕਿਤੇ ਲੈ ਕੇ ਜਾਂਦਾ ਸੀ, ਕਦੇ ਕਿਤੇ। ਮੈਂ ਆਪਣੀ ਅੰਮੀ ਨੂੰ ਕਿਹਾ ਵੀ ਕੀ ਹੋ ਰਿਹਾ ਅੰਮੀ, ਕਹਿੰਦੀ ਮੁੱਦੇ ਨੇ ਜਿਹੜੇ ਜਿਹੜੇ ਚੁੱਕਦੇ ਨੇ ਲੁੱਲੇ, ਆਪਣਾ ਤਾਂ ਕੰਮ ਹੀ ਗੰਢ ਪੜਵਾਉਣਾ, ਆਪਾਂ ਗੰਢ ਪੜਵਾਉਣ ਲਈ ਤਾਂ ਜੰਮੇ ਆ। ਮੈਂ ਕਿਹਾ ਚਲੋ ਠੀਕ ਆ। ਫਿਰ ਮੈਂ ਉੱਥੇ ਆਪਣੀ ਭੈਣ ਚਟਾਉਣ ਲੱਗ ਪਿਆ। ਜਿਹਨੇ ਕਰਾਚੀ ਵਿੱਚ ਬੈਂਕ ਮਲਤਾਬ ਹੁਸੈਨ ਏਜੰਟ ਹੈ ਜਿਹੜਾ ਮੈਨੂੰ ਫੋਨ ਕਰ ਦਿੰਦਾ, ਤੇ ਮੈਂ ਤਾਂ ਲਾਹੌਰ ਚੋਂ ਤੇ ਹੋਰ ਕਰਾਚੀ ਚੋਂ ਕੁੜੀਆਂ ਇਕੱਠੀਆਂ ਕਰਕੇ ਮਾਝੇ ਚ ਉਹਨਾਂ ਦੇ ਫੁੱਦਿਆਂ ਨੂੰ ਬਾਹਰ ਅਮਰੀਕਾ ਇੰਡੀਆ ਚੁਗਤੀਆਂ ਕੋਲ ਸਪਲਾਈ ਕਰ ਦਿੰਦਾ। ਇਹਨਾਂ ਕੰਮਾਂ ਚਾਰ ਪੈਸੇ ਪਾਉਂਦੇ ਉਹਦੇ ਨਾਲੇ ਪਾਕਿਸਤਾਨੀ ਦੀ ਰੋਟੀ ਚੱਲ ਜਾਂਦੀ ਆ ਹੋਰ ਅਸੀਂ ਲੰਘ ਜਾਣਾ। ਜਰਦਾਰੀ ਤਾਂ ਅਮਰੀਕਾ ਦਾ ਏਜੰਟ ਆ, ਇਹਨੇ ਆਪਣੀ ਭੈਣ ਦਾ ਘੋਸਲਾ ਵੀ ਕਰਵਾਇਆ ਸੀ ਜਰਦਾਰੀ ਨੇ ਮੇਰੀ ਕੁੜੀ ਦੇ ਫੁੱਦੇ ਦੇ ਉੱਤੇ। ਭੈਣ ਚੋਦੇ ਨੇ ਕਿਹੜੀ ਡੀਲ ਕੀਤੀ ਬੰਮਨ ਤੇ ਪੁਸ਼ ਨਾਲ, ਉਹਦੇ ਤੇ ਵੀ ਭੈਣ ਚੋਦੇ ਇਹਨਾਂ ਨੇ ਕਾਫੀ, ਇਹਨਾਂ ਨੇ ਮੇਰੀ ਬਹੁਤ ਕੰਡ ਮਾਰੀ ਹੈ ਜਰਦਾਰੀ ਉਹਨਾਂ ਨੇ ਤਾਂ। ਇਹ ਤਾਂ ਭੈਣ ਦੇ ਜੋੜੇ ਮੇਰੀ ਭੈਣ ਦੇ ਫੁੱਦੇ ਦੇ ਸਿਰ ਤੇ ਅਫਗਾਨਿਸਤਾਨ ਸਮੁੰਦਰ ਚਾਹੀਦਾ, ਇਹਨਾਂ ਨੇ ਸਮਝੌਤਾ ਕੀਤਾ। ਇਹ ਤਾਂ ਹਰੇਕ ਜਗ੍ਹਾ ਸਾਡੀਆਂ ਭੈਣਾਂ ਚੁਕਾਉਂਦੇ ਆ ਮੁਸਲਮਾਨਾਂ ਦੀ। ਵੈਸੇ ਮੁਸਲਮਾਨਾਂ ਦੀ ਕੁੜੀਆਂ ਦੇ ਫੁੱਦਿਆਂ ਦੇ ਵਿੱਚ ਸਭ ਤੋਂ ਵੱਧ ਲਾਂਤਾ ਇੰਡੀਆ ਦੇ ਗਏ ਆ। ਲਵੀਆਂ ਵੀ ਵੰਡ ਮਾਰ ਲਈ ਇੰਡੀਆ ਨੇ। ਮੁੜ ਕੇ ਲਵੀਨ ਇੱਧਰ ਆ ਗਿਆ, ਲਵੀਨ ਮੇਰੀ ਭੈਣ ਦੇ ਫੁੱਦੇ ਨੂੰ ਦੇਖ ਕੇ ਮੁੱਠ ਮਾਰਨ ਲੱਗ ਜਾਂਦਾ ਸੀ। ਤਾਂ ਕਰਕੇ ਫਿਰ ਮੈਂ ਕਿਹਾ ਲਵੀਨ ਦਾ ਕੰਡਾ ਸੁੱਤੀ, ਤਾਂ ਮੈਂ ਅਮਰੀਕਾ ਵਾਲਿਆਂ ਨੂੰ ਦੱਸਤਾ ਵੀ ਲਵੀਨ ਵੀ ਇੱਥੇ ਭੈਣ ਦਾ ਲੋੜਾ ਆਪਣੀ ਗਾਂ ਚ ਬਣਿਆ ਬੈਠਾ, ਤਾਂ ਅਮਰੀਕਾ ਨੇ ਹਮਲਾ ਕਰਕੇ ਲਵੀਨ ਵੀ ਚੱਕਤਾ। ਮੈਂ ਤਾਂ ਪਾਕਿਸਤਾਨ ਦੀ ਹਰੇਕ ਜਗ੍ਹਾ ਆਪਣੀ ਭੈਣ ਦਾ ਆਪਣੀ ਮਾਂ ਦਾ ਫੁੱਦਾ ਫੜਵਾਇਆ ਜਿੱਥੇ ਜਿੱਥੇ ਲੋੜ ਪਈ ਆ। ਇੱਥੇ ਲੋਹੜੀ ਸਿੱਖਿਆ ਮੈਂ ਤੂੰ ਗਾਂਡੂ ਜਾਇਆ ਜਮੀ ਕਹਿੰਦੇ ਨੇ।